ਵੀ ਆਈ ਹੈ ਵੀ ਆ ਲੌਕ ਉਹਨਾਂ ਖੋਲਿਆ ਇੱਥੇ ਚਾਬੀ ਪਈ ਸੀ ਲੌ ਖੋਲ ਕੇ ਤੇ ਉਹਨਾਂ ਨੇ ਡੱਬੀਆਂ ਸੀ ਦੋ ਇੱਕ ਡੱਬੀ ਦੇ ਵਿੱਚ ਉਹਨਾਂ ਨੇ ਸਾਰਾ ਸਮਾਨ ਪਾ ਕੇ ਲੈ ਕੇ ਡੱਬੀ ਦੂਜੀ ਖਾਲੀ ਕਰ ਗਏ ਨੇ ਬਾਅਦ ਚ ਆ ਡੱਬੀ ਆਈ ਬੰਦ ਕਰਤੀ ਉਹਨਾਂ ਨੇ ਕਿੰਨਾ ਕੁ ਸਮਾਨ ਸੀ ਗਈ ਜਿੰਦੇ ਸਮਾਨ ਆਪਣੇ ਕੋਲ ਵੀ ਤੋਲੇ ਸੀ ਉਹਨਾਂ ਸੀ ਅੱਛਾ ਜੀ ਕੋਈ ਕੈਸ਼ ਵੀ ਸੀ ਗਈ ਕੈਸ਼ ਆਪਣਾ 10000 ਰੁਪਈਆ ਸੀ ਉਹ ਆਪਣਾ ਰਸੋਈ ਚ ਪਿਆ ਸੀ ਇਸ ਤੋਂ ਬਾਅਦ ਚ ਫਿਰ ਉਧਰ ਫੋਰਾ ਫਰੋਈ ਕੀਤੀ ਨੇ ਉਧਰੋਂ ਕੁਝ ਨਹੀਂ ਮਿਲਿਆ ਹੈ ਗਈ ਕੁਝ ਨਹੀਂ ਸੀ ਇੱਥੇ ਪਿਆ ਸਮਾਨ ਜਿਹੜਾ ਉਹਨਾਂ ਚੱਕ ਲਿਆ ਇਸ ਤੋਂ ਬਾਅਦ ਚ ਵਰਜੀ ਉਹਨਾਂ ਨੇ ਉੱਦੋਂ ਪਹਿਲੋਂ ਐਲਸੀਟੀ ਲਾਈ ਉਹਨਾਂ ਨੇ ਇਹ ਸਮਾਨ ਤੋਂ ਐਲਸੀਟੀ ਲਾ ਕੇ ਉਹਨਾਂ ਨੇ ਡਰੈਮ ਡਰੈਮ ਚ ਰੱਖ ਦਿੱਤੀ ਉੱਥੋਂ ਰਸੋਈ ਚ ਉਹਨਾਂ ਨੇ ਸਿਲੰਡਰ ਚਾ ਕੇ ਉਹ ਡਰੈਮ ਚ ਰੱਖ ਦਿੱਤਾ ਫਿਰ ਬਾਅਦ ਇਥੋਂ ਕਰਕੇ ਫਿਰ ਉਹਨਾਂ ਨੇ ਤਲਾਸ਼ੀ ਉਧਰ ਕੀਤੀ ਸਾਡੀ ਰਸੋਈ ਚ ਵੀ ਇੱਕ ਛੋਟੀ ਬੰਦਾਰੀ ਪਈ ਏ ਉਹਨਾਂ ਨੂੰ ਚਾਬ ਗੰਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਲੋਕ ਨਹੀਂ ਖੁੱਲਿਆ ਉਹਦੇ ਕੋਲ ਫਿਰ ਉਹਨਾਂ ਨੇ ਫਰੋਲਾ ਫਰੋਲੀ ਕੀਤੀ ਸਾਡੀ ਰਸੋਈ ਦੇ ਵਿੱਚ 10000 ਰੁਪਇਆ ਪਿਆ ਸੀ ਉਹਨਾਂ ਨੇ ਉਹ ਚੱਕ ਲਿਆ ਫਿਰ ਉਸ ਤੋਂ ਬਾਅਦ ਠੰਡਾ ਪੀਤਾ ਉਹਨਾਂ ਨੇ ਬੋਤਲ ਠੰਡੇ ਦੀ ਸੀ ਦੋ ਬੋਤਲਾਂ ਪਾਣੀ ਦੀਆਂ ਸੀ ਉਹ ਪੀਤੀਆਂ ਨੇ ਦੋ ਆਪਲ ਜੂਸ ਦੀਆਂ ਬੋਤਲਾਂ ਸੀ ਉਹ ਪੀ ਕੇ ਤੇ ਉਹਨਾਂ ਨੇ ਸ਼ੈਂਕ ਦੇ ਵਿੱਚ ਰਸੋਈ ਚ ਰੱਖ ਦਿੱਤਾ ਨੇ ਉਸ ਤੋਂ ਬਾਅਦ 20 ਰੁਪਏ ਸਾਡੇ ਪਏ ਸੀ ਵਾਟਰ ਕੂਲਰ ਚ ਉਹ ਵੀ ਉਹਨਾਂ ਨੇ ਚੱਕ ਲੈਨੇ ਉੱਤੇ ਹੀ ਪਏ ਸੀ ਸਾਹਮਣੇ ਯਾਨੀ ਕਿ ਪੂਰੇ ਆਰਾਮ ਨਾਲ ਹਾਂ ਆਰਾਮ ਨਾਲ ਬਹੁਤ ਯਕੀਨ ਨਾਲ ਭਾਜੀ ਕੰਮ ਉਹਨਾਂ ਨੇ ਕੀਤਾ ਫਿਰ ਉਹਨਾਂ ਨੂੰ ਜਦੋਂ ਇੱਥੋਂ ਸਮਾਨ ਮਿਲ ਗਿਆ ਉਹਨਾਂ ਨੇ ਫਿਰ ਉਧਰ ਦੀ ਲਮਾਰੀ ਖੋਲ ਕੇ ਤੇ ਛੱਟ ਦੀ ਅਦਲਾ ਬਦਲੀयां ਕਰ ਦਿੱਤਾ ਫਿਰ ਉਹਨਾਂ ਨੇ ਇਧਰੋਂ ਸਮਾਨ ਮਿਲ ਕੇ ਫਿਰ ਇਧਰ ਤਿੱਤਰ ਹੋ ਗਏ ਨਹੀਂ ਆ ਬੂਏ ਦੀ ਉਹਨਾਂ ਨੇ ਪੂਰੀ ਕੋਸਟਲ ਤੋੜਪਾਣ ਨ ਕੀਤੀ ਪੇ ਆ ਬਦਲ ਤੋੜਪਾਣੇ ਜੀ ਕੀਤੀ ਵੀ ਖਰੇ ਕੀ ਕਵਾੜੀ ਲੈਣ ਕੀ ਲੈ ਆਣੇ ਪੇ ਆ ਬਦਲ ਬੂਆ ਦੀ ਜਖਣਾ ਹੋਣਾ ਪੜਤੀ ਉਧਰੋਂ ਸੀਸਾ ਡਰੇਨਜ ਜਿਹੜਾ ਨੇ ਪਟਿਆ ਉਹ ਵੀ ਉਹਨਾਂ ਨੇ ਸੀਸਾ ਨਹੀਂ ਤੋੜਿਆ ਫਰੇਮ ਉਹਨਾਂ ਨੇ ਕੀਤਾ ਪਾਸੇ ਉਹਨਾਂ ਦੇ ਨਾਲ ਉਸ ਹਾਬ ਤੇ ਜਿੱਥੇ ਕੁੰਡੇਗਾ ਸੀ ਉਸ ਹਾਬ ਤੇ ਉਹਨਾਂ ਨੇ ਜਾਲੀ ਦਾ ਟੈ ਬਣਾਇਆ ਤਮ ਸ਼ੇਕ ਕੋਈ ਸ਼ੱਕ ਹੈਗਾ ਤੁਹਾਨੂੰ ਕਿਸੇ ਤੇ ਕੋਈ ਹੋ ਸਕਦਾ ਵੀ ਨਾ ਵੀਰ ਜੀ ਐ ਹੀ ਹੁਣ ਸ਼ੱਕ ਤਾਂ ਕੋਈ ਕਹਿ ਸਕਣੇ ਆਪਾਂ ਪੇ ਸ਼ੱਕ ਤਾਂ ਹੋਰ ਕਿਸੇ ਤੇ ਨਹੀਂ ਪੇ ਮੈਂ ਤਾਂ ਆਪੇ ਇਸ ਕਰਕੇ ਪੋਚਾ ਲਾਉਣ ਵਾਲੀ ਨਹੀਂ ਕੀਤਾ ਚੈੱਕ ਕਰ ਕੋਈ ਵੀ ਸੀ ਜੇ ਤੁਸੀਂ ਕਹਿੰਦੇ ਨਹੀਂ ਜੀ ਘਰ ਕੋਈ ਨਹੀਂ ਗਈ ਸੀ ਵੀ ਅਸੀਂ ਗੈਚਲੇ ਆ ਘਰ ਕੋਈ ਨਹੀਂ ਸੀ ਪੇ ਅਸੀਂ ਗੈਚਲੇ ਆ ਘਰ ਕੋਈ ਨਹੀਂ ਸੀ ਇਹਨਾਂ ਨੇ ਪਤਾ ਵੀ ਉਹਨਾਂ ਨੇ ਸਾਡਾ ਪਿੱਛਾ ਕਰ ਲਿਆ ਹੈ ਵੀ ਇਹ ਗੈਚਲੇ ਨੇ ਕਰੋ ਪੇ ਹੋਇਆ ਇਹ ਪਹਿਲੀ ਰਾਤ ਇਹ ਚਾਂਸ ਸਾਡੇ ਘਰੇ ਪਹਿਲੀ ਰਾਤ ਵਾਪਰਿਆ ਸਾਡੀ ਮੋਪੜ ਉਹਨਾਂ ਨੇ ਬੂਏ ਦਿਨ ਉਹਦੇ ਨਾਲ ਲਾਈ ਉਹਨਾਂ ਨੇ ਗਲੀ ਦੇ ਨਾਲ ਕੰਦ ਨਾਲ ਲਾ ਕੇ ਉੱਥੋਂ ਉਹਨਾਂ ਨੇ ਚੜ੍ਹੇ ਜਿੱਥੇ ਸਾਡੀ ਮੋਪੜ ਖੜੀ ਕੱਲ ਪਰਸੋਂ ਵੀ ਪੈਂਦਾ ਰਿਹਾ ਉਹ ਜਿੱਥੇ ਮੋਪੜ ਖੜੀ ਸੋ ਉੱਥੇ ਸਟੈਂਡ ਲੱਗਾ ਸੀ ਉੱਥੇ ਜੰਗਾਲ ਪਿਆ ਸੀ ਜੰਗਾਲ ਪੈ ਗਿਆ ਉੱਤੇ ਸੀਟ ਤੇ ਕੋਈ ਪੈਰ ਨਹੀਂ ਲੱਗੀ ਉੱਤੇ ਕਣੀਆਂ ਦੀ ਛੋਈ ਏ ਬਸ ਤੇ ਇਹ ਪਹਿਲੇ ਦਿਨ ਵੀਰਵਾਰ ਦਾ ਆ ਹਾਂ ਇਧਰੋਂ ਸਕੂਟਰੀ ਤੇ ਕੰਦ ਨਾਲੋਂ ਉਧਰੋਂ ਪਦਨ ਕਿਹੜੇ ਸਾਹਬ ਨਹੀਂ ਇਧਰ ਛਾਲ ਮਾਰੀ ਉਹਨਾਂ ਨੇ ਤੇ ਇਹ ਸਾਡੇ ਪਹਿਲੇ ਦਿਨ ਵੀਰਵਾਰ ਦਾ ਸਾਡਾ ਘਰੇ ਕੰਮ ਇਹ ਹੋਇਆ ਨੇ ਹੀ ਅਸੀਂ ਦਾਦੇ ਸੋਹਰਿਆਂ ਤੇ ਗਏ ਸੀ ਮੈਂ ਤੁਹਾਨੂੰ ਤੇ ਇੱਥੋਂ ਬਸ ਆ ਉਹਨਾਂ ਨੇ ਕੁੰਡੀ ਪੱਟਦੀ ਕੁੰਡੀ ਪੱਟ ਗਿਆ ਸ਼ੀਸ਼ਾ ਤੋੜਿਆ ਨਹੀਂ ਕਦੇ ਜਾਲੀ ਉੱਥੋਂ ਖੋਲ ਦਿੱਤੀ ਜਿੱਥੇ ਕੁੰਡੀਆਂ ਲੱਗੀਆਂ ਸੀ ਦੋ ਥਾਵਾਂ ਜਾਲੀ ਖਿੱਚ ਦਿੱਤੀ ਤੇ ਕੁੰਡੀਆਂ ਖੁੱਲ ਗਏ ਬਸ ਸਿੱਧੇ ਇੱਥੋਂ ਨੰਗੇ ਨੇ ਅਬ ਇਹ ਜਾ ਕੇ ਗੇੜ ਤੋੜਦਾ ਗੇੜ ਤੋੜ ਕੇ ਉਹਨੇ ਅੰਦਰ ਵੜ ਗਏ ਅੰਦਰ ਵੜ ਕੇ ਉਹਨਾਂ ਆਉਦੀ ਮਰਜ਼ੀ ਨਾਲ ਫ੍ਰਿਜ ਚ ਪਾਣੀ ਪੂਣੀ ਪੀਂਦੇ ਰੈ ਸਿਲੰਡਰ ਲਾ ਲਿਆ ਐਲਸੀਡੀ ਲਾ ਕੇ ਸੁੱਟਦੀ ਬਲਗਾਇਆ ਨਹੀਂ ਕਿੰਨਾ ਕੁ ਨੁਕਸਾਨ ਕਰ ਦਿੱਤਾ 10000 ਰੁਪਏ ਦੇ 20 ਤੋਂ ਲੈ ਸੰਨ 20 ਤੋਂ ਲੈ ਹਾਂਜੀ ਉਹ ਸਾਰਾ ਕੱਪੜਾ ਸੀ ਮੈਂ ਚਾਹੀਦਾ। ਰਸੋਈ ਚ 10000 ਰੁਪਇਆ ਸੀ। ਅੱਛਾ ਜੀ। ਰਸੋਈ ਜਾਣ ਕੇ ਬੱਚੇ ਨੇ ਬਟਵੇ-ਬਟਵੇ ਜਨੇ ਜੋੜੇ ਆਪਦੇ ਘਰ ਵਾਸਤੇ। ਉਹਨਾਂ ਦੀਆਂ ਜਾਨੀ ਦੇ ਪੈਸੇ ਸਮਝੋ ਆਪਣੀ ਦੇ। ਸੋਨਾ ਕਿੰਨਾ ਸੀ ਜੀ? 20 ਤੋਲੇ ਸੀ। ਲਗਭਗ ਕਿੰਨੀ ਕੀਮਤ ਹੋ ਗਈ? ਕੀਮਤ ਤਾਂ 12 ਲੱਖ ਬੰਦੀ। ਤੇ ਕੋਈ ਹੋਰ ਵੀ ਕੋਈ ਸਮਾਨ ਦੀ ਕੋਈ ਕੋਸ਼ਿਸ਼ ਕੀਤੀ ਜਾਨ ਦੀ ਉਹਨਾਂ ਨੇ। ਕੱਪੜੇ-ਕੁਪੜੇ ਖਸਾਰ ਗਏ ਪਰ ਮਿਲਿਆ ਕੁਝ ਨਹੀਂ। ਨਾ ਹੀ ਉਹਨਾਂ ਦੇ ਕੋਈ ਬਾਰਾ ਚਲਮਾ। ਐਲ ਸੀ ਡੀ ਤੇ ਲਿਆਏ ਨੇ ਮਤਲਬ ਸਿਲੰਡਰ ਇੱਥੇ ਰੱਖਤਾ ਸੀ ਜਾ ਕੇ ਉਹਨਾਂ ਨੇ। ਐਲ ਸੀ ਡੀ ਸਿਲੰਡਰ। ਹਾਂ ਜੀ। ਪਰ ਮਤਲਬ ਉਹਨਾਂ ਨੇ ਲਗਾਣੀ ਬਾਛ ਛੱਡ ਕੇ ਬਾਦ ਮੀਨ ਮਤਲਬ ਸੋਨਾ ਤੇ ਗਏ ਹਾਂ ਹਾਂ ਦੋ ਚੀਜਾਂ ਗਏ ਬਸ ਕੋਈ ਆਦੇ ਲੋ ਤੁਸੀਂ ਹੁਣ ਪੁਲਿਸ ਨੂੰ ਰਿਪੋਰਟ ਕਰਾਈ ਪੁਲਿਸ ਨੂੰ ਰਿਪੋਰਟ ਕਰਾ ਦਿੱਤੀ ਕਿੰਨੇ ਦਿਨ ਲਈ ਤੁਸੀਂ ਬਾਹਰ ਗਏ ਸੀ ਔਰ ਕਦੋਂ ਆ ਕੇ ਤੁਹਾਨੂੰ ਅਸੀਂ ਵੀਰਵਾਰ ਸਿਟੀ ਸਾਹਿਬ ਗਏ ਆ ਤੇ ਸ਼ਨੀਵਾਰ ਨੂੰ 9:30 ਵਜੇ ਆ ਗਏ ਆ ਵੀਰਵਾਰ 8:00 ਵਜੇ ਚਲੇ ਗਏ ਆ ਆਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗਿਆ ਹਾਂ ਤਾਂ ਸਿਟੀ ਸਾਹਿਬ ਮੇਨ ਬੂਹਾ ਖੋਲਿਆ ਦੇ ਬਾਬੂਆ ਖੋਲ ਨੇ ਥੇ ਤਿਸਰੀ ਵੀ ਪਈ ਸੀ ਮਤਲਬ ਬੁੜੀਆ ਨੇ ਬੂਹਾ ਖੋਲ ਮੈਂ ਕਾਰ ਲੈ ਕੇ ਬਾਹਰ ਹੀ ਖੜਾ ਮੇਰੇ ਮਾਮੇ ਦੇ ਮੁੰਡੇ ਸੱਟ ਲੱਗੀ ਪੁੱਤਰੀ ਨੂੰ ਲੈ ਕੇ ਜਾਣਾ ਸਾਰਾ ਕੋਈ ਲੁੱਟਿਆ-ਪੁੱਟਿਆ ਕਰ ਕੈਮਰਾ ਵਗੈਰਾ ਕੋਈ ਆਸ-ਪਾਸ ਹਾਂਸਪਾਸ ਸਿੱਟੀ ਸਾਹ ਵਾਲ ਲੱਗੇ ਤੇ ਗਏ ਨੇ ਪਰ ਉਹ ਨਹੀਂ ਗੱਲ ਬਣੀ ਉੱਥੇ ਕੋਈ ਨਹੀਂ ਕਿਹਦੇ ਚ ਨਹੀਂ ਆਇਆ ਹਾਂ ਨਹੀਂ ਪੁਲਿਸ ਆਈ ਤੇ 10 ਮਿੰਟ ਵੇਖੇ 10 ਮਿੰਟ ਖੇ ਦਿਨ ਦੋ ਲੰਘ ਗਏ ਨੇ ਆਪਣੇ ਦੋ ਰਾਤਾਂ ਲੰਘ ਗਏ ਨੇ ਉਹ ਤਾਂ ਕਿ ਤਾਰੇ ਆਪਣੇ ਪੱਤਰ ਤੇ ਤੁਸੀਂ ਕੋਈ ਕੋਸ਼ਿਸ਼ ਕੀਤੀ ਨਹੀਂ ਅਸੀਂ ਕੋਈ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੇ ਵਸਦਾ ਰੋਗ ਹੀ ਨਹੀਂਗਾ ਆਪਾਂ ਕੀ ਕੋਸ਼ਿਸ਼ ਕਰੀਏ ਉਹ ਸਰਜੀਤ ਸਿੰਘ ਦਾ ਮਕਾਨ ਆ ਜਿਹਨੇ ਸਾਡੇ ਪਾਸ ਬਿਆਨ ਲਿਖਾਇਆ ਵੀ ਉਹ ਆਪਣੀ ਰਿਸ਼ਤੇਦਾਰੀ ਸੋਹਰੇ ਪਿੰਡ ਗਿਆ ਸੀਗਾ ਵੀਰਵਾਰ ਨੂੰ ਕੱਲ ਜਦੋਂ ਆਕੇ ਉਹਨੇ ਸ਼ਨੀਚਰਵਾਰ ਆਪਣੇ ਘਰ ਦਾ ਮੇਨ ਗੇਟ ਖੋਲ ਕੇ ਵੇਖਿਆ ਉਦੋਂ ਅੱਗੇ ਉਹਦੀ ਜਿਹੜੀ ਕੋਠੀ ਦੀ ਬਾਰੀ ਜਿਹੜੀ ਖੁੱਲੀ ਪਈ ਸੀ ਕੁੰਡੀ ਉਹਨੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਉਹਦੇ ਜਿਹੜੇ ਬੈੱਡਰੂਮ ਚ ਬਣੇ ਲੋਕਰ ਟਾਈਪ ਚੋਂ 20 ਟੋਲੇ ਸੋਨਾ ਤੇ ਰਸੋਈ ਚ ਇੱਕ ਲੋਕਰ ਵੀ ਬਣਿਆ ਸੀ ਉਹ ਚ 12000 ਰੁਪਿਆ ਸੀਗਾ ਉਹ ਕੋਈ ਨਾਮ ਉਹ ਵਿਅਕਤੀ ਚੋਰੀ ਕਰਕੇ ਲੈ ਗਿਆ ਅਸੀਂ ਉਹਦੀ ਐਫ ਆਈ ਆਰ ਲੌਂਜ ਕਰਤੀ ਆ ਐਫ ਆਈ ਆਰ ਨੰਬਰ ਹੈਗਾ ਜੀ 237 ਮੇਰੀ 27 222 ਅੰਡਰ ਸੈਕਸ਼ਨ 454 380 ਆਈਪੀਸੀ ਨਾਮ ਨੂੰ ਵਿਅਕਤੀ ਖਲਾਫ ਦਰਜ ਕੀਤੀ ਆ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕੋਈ ਆਸਪਾਸ ਸੀਸੀਟੀਵੀ ਹੋਣੀ ਆ ਕੋਈ ਇਸ ਬਾਰੇ ਕੋਈ ਜਾਣਕਾਰੀ ਮਿਲੀ ਕੋਈ ਹਾਂ ਚੈੱਕ ਕੀਤੇ ਪਰ ਸੀਸੀਟੀਵੀ ਹਲੇ ਉਧਰਲੇ ਪਾਸੇ ਕੋਈ ਮਿਲ ਨਹੀਂ ਰਿਹਾ ਸਾਨੂੰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਗਲੀਆਂ ਜਿਹੜੀਆਂ ਆ ਰਹੀਆਂ ਉਧਰ ਚੱਕਰੀਏ ਉਸ ਤੋਂ ਬਾਅਦ ਪਤਾ ਲੱਗ ਸਕੇ ਕੋਈ ਨਾ ਕੋਈ ਚੋਰੀ ਬਾਰੇ